ਬੋਲੀਏ ਜਗਤ ਗੁਰੂ ਭਗਵਾਨ ਸ਼੍ਰੀ ਚੰਦਨ ਮਹਾਰਾਜ ਕੀ ਜੈ। ਆਓ ਆਤਮ ਦਰਸ਼ਨ ਕਰਵਾਉਣੇ ਆ। ਬਹੁਤੀ ਪਵਿੱਤਰ ਅਸਥਾਨ ਡੇਰਾ ਬਾਬਾ ਗੁੱਦੜ ਸ਼ਾਹ ਜੀ, ਕਸਬਾ ਭੀਖੀ, ਜ਼ਿਲ੍ਹਾ ਮਾਨਸਾ, ਜਿੱਥੇ ਸ਼੍ਰੀ ਸ਼੍ਰੀ 108 ਸੰਤ ਬਾਬਾ ਓਮ ਪ੍ਰਕਾਸ਼ ਦਾਸ ਜੀ ਅਤੇ ਸ਼੍ਰੀ ਸ਼੍ਰੀ 108 ਸੰਤ ਬਾਬਾ ਧਿਆਨ ਦਾਸ ਜੀ ਮਹਾਰਾਜ ਜੀ ਦੀ ਸਾਲਾਨਾ ਬਰਸੀ ਦੇ ਸੰਬੰਧ ਵਿੱਚ ਅਤੇ ਬਾਬਾ ਵਿਸ਼ਨੂੰ ਦਾਸ ਜੀ ਵੱਲੋਂ ਕੀਤੀ ਗਈ ਜਲਧਾਰਾ ਦੀ ਤਪੱਸਿਆ ਦੇ ਸੰਬੰਧ ਵਿੱਚ ਸਾਲਾਨਾ ਭੰਡਾਰਾ ਅਤੇ ਮਹਾਨ ਸੰਤ ਸਮਾਗਮ ਬਹੁਤ ਹੀ ਸ਼ਰਧਾ ਨਾਲ ਕਰਵਾਇਆ ਗਿਆ। ਅਸਥਾਨ ਦੇ ਮੌਜੂਦਾ ਗੱਦੀਨਸ਼ੀਨ ਸ਼੍ਰੀ ਮਾਨ ਮਹੰਤ ਬਾਲਕ ਦਾਸ ਜੀ ਅਤੇ ਉਹਨਾਂ ਦੇ ਸਹਿਯੋਗੀ ਬਾਬਾ ਸੁੰਦਰ ਦਾਸ ਜੀ, ਬਾਬਾ ਭੈਰੋ ਦਾਸ ਜੀ, ਬਾਬਾ ਰਾਜਮੁਨੀ ਜੀ, ਬਾਬਾ ਵਿਸ਼ਨੂੰ ਦਾਸ ਜੀ, ਬਾਬਾ ਮਹਾਂਵੀਰ ਦਾਸ ਜੀ ਅਤੇ ਸਮੂਹ ਨਗਰ ਨਿਵਾਸੀ ਇਲਾਕੇ ਦੀਆਂ ਸੰਗਤਾਂ, ਦੇਸ਼ਾਂ ਵਿਦੇਸ਼ਾਂ ਦੀ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮਾਂ ਮੌਕੇ ਆਰੰਭ ਕੀਤੇ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਵਾਤਾਵਰਨ ਦੀ ਸ਼ੁੱਧਤਾ ਲਈ ਅਤੇ ਇਲਾਕੇ ਦੀ ਸੁੱਖ ਸ਼ਾਂਤੀ ਲਈ ਵਿਸ਼ਾਲ ਹਵਨ ਜੱਗ ਹੋਇਆ, ਜਿਸ ਵਿੱਚ ਸਾਰਿਆਂ ਨੇ ਪੂਰਨ ਹੋਤੀਆਂ ਪਾ ਕੇ ਆਪਣਾ ਜੀਵਨ ਸਫਲਾ ਕੀਤਾ। ਸਮਾਗਮਾਂ ਮੌਕੇ ਸ਼੍ਰੀ ਮਾਨ ਸ਼੍ਰੀ ਮਹੰਤ ਸੇਵਾਦਾਸ ਜੀ ਕੋਟ ਫੱਤਾ, ਮਹੰਤ ਬੁੱਧ ਦਾਸ ਜੀ ਬਲਾੜ ਬਿਜੂ ਗੋਨਿਆਣਾ, ਮਹੰਤ ਵਿਵੇਕ ਮੁਨੀ ਜੀ ਤਪਾ, ਮਹੰਤ ਜੈ ਮੁਨੀ ਜੀ ਤਪਾ, ਸ਼੍ਰੀ ਮਹੰਤ ਗੋਪਾਲ ਗਿਰ ਜੀ ਕਲਸੀਆਂ, ਮਹੰਤ ਦੇਵਾਦਾਸ ਜੀ ਮੰਡਾਲਾ, ਮਹੰਤ ਗੰਗਾ ਰਾਮ ਜੀ ਕੋਠਾ ਗੁਰੂ, ਮਹੰਤ ਦਰਸ਼ਨ ਮੁਨੀ ਜੀ ਭੀਖੀ, ਮਹੰਤ ਕ੍ਰਿਸ਼ਨ ਮੁਨੀ ਜੀ ਭੀਖੀ, ਮਹੰਤ ਉੱਤਮ ਦਾਸ ਜੀ ਸ਼ਾਹਪੁਰ, ਮਹੰਤ ਰਾਮ ਮੁਨੀ ਜੀ ਝਾੜੋਂ, ਮਹੰਤ ਬੋੜ ਦਾਸ ਜੀ ਬਹਾਦਰਪੁਰ, ਮਹੰਤ ਕੁੰਭ ਦਾਸ ਜੀ ਹਰਿਆਓ, ਮਹੰਤ ਬਾਲਾ ਨਾਥ ਜੀ ਕਾਲਿਆਂਵਾਲੀ, ਮਹੰਤ ਸਤਪਾਲ ਮੁਨੀ ਜੀ ਸਮਾਓ ਕੋਟਲੀ, ਮਹੰਤ ਸੰਗਮ ਦਾਸ ਜੀ ਕਮਾਲੂ, ਮਹੰਤ ਅਕਾਲ ਦਾਸ ਜੀ ਸਿੰਘਪੁਰਾ, ਮਹੰਤ ਜੈ ਰਾਮ ਦਾਸ ਜੀ ਡੱਬਵਾਲੀ, ਮਹੰਤ ਦਰਸ਼ਨ ਮੁਨੀ ਜੀ ਨਮੋਲ, ਮਹੰਤ ਵਕੀਲ ਦਾਸ ਜੀ ਮਿਠੜੀ, ਮਹੰਤ ਰਮਨ ਮੁਨੀ ਜੀ ਕਲੈਤ, ਮਹੰਤ ਜਗਦੇਵ ਮੁਨੀ ਜੀ ਕੁੰਬੜਵਾਲ, ਮਹੰਤ ਰਘਵੀਰ ਦਾਸ ਜੀ ਬਦਰਾ, ਮਹੰਤ ਚਰਨ ਦਾਸ ਜੀ ਹੱਸੂ, ਮਹੰਤ ਭੋਲਾ ਰਾਮ ਜੀ ਲਸੋਈ, ਮਹੰਤ ਜੋਧਾ ਦਾਸ ਜੀ ਖੜਕ ਸਿੰਘ ਵਾਲਾ, ਮਹੰਤ ਜੰਗੀਰ ਦਾਸ ਜੀ ਕੋਟੜਾ, ਬਾਬਾ ਕ੍ਰਿਸ਼ਨ ਦਾਸ ਜੀ ਪੂਲਾ, ਮਹੰਤ ਰਵੀ ਪ੍ਰਕਾਸ਼ ਜੀ ਮੰਡਾਲੀ, ਮਹੰਤ ਕਮਲ ਦਾਸ ਜੀ ਭੂਤਣਾ, ਮਹੰਤ ਰਾਹੁਲ ਸ਼ਾਹ ਜੀ ਧਨੌਲਾ, ਮਹੰਤ ਗੁਰਮੁਖ ਦਾਸ ਜੀ ਲੰਬਵਾਲੀ, ਮਹੰਤ ਤਿਲਕ ਦਾਸ ਜੀ ਮਲੇਰਕੋਟਲਾ, ਮਹੰਤ ਰਾਮ ਮੁਨੀ ਜੀ ਸੰਦੌੜ, ਮਹੰਤ ਪੂਰਨ ਦਾਸ ਜੀ ਬੁਲਾਡਾ, ਮਹੰਤ ਸ਼ਿਵਦਾਸ ਜੀ ਡਿੱਗੀ ਢਾਣੀ, ਮਹੰਤ ਸਤਪਾਲ ਦਾਸ ਜੀ ਆਲੀਕਾ, ਮਹੰਤ ਗਗਨਪੁਰੀ ਜੀ ਜੋਗੇਵਾਲਾ, ਸੰਤ ਵਿਵੇਕ ਮੁਨੀ ਜੀ ਕਾਲਿਆਂਵਾਲੀ, ਮਹੰਤ ਗੁਰਦਰਸ਼ਨ ਦਾਸ ਜੀ ਖੀਵਾ ਸਮੇਤ ਅਨੇਕਾਂ ਮਹਾਂਪੁਰਸ਼ ਪੁੱਜੇ ਹੋਏ ਸਨ। ਜਿਸਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ, ਸੋ ਦੁੱਖ ਕੈਸਾ ਪਾਵੈ, ਜਿਸਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ, ਸੋ ਦੁੱਖ ਕੈਸਾ ਮਰਨਾ ਚੇਤ ਨਾ ਆਵੇ।
आवै जिसके सिर ऊपर तू स्वामी सो दुख कैसा पावै सो दुख कैसा पावै तेरे सेवक को पाओ किछ नाही जम नहीं आवै नेरे 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 जिसके सिर ऊपर तू स्वामी सो दुख कैसा पावे सो दुख कैसा पावे जिसके सिर ऊपर तू स्वामी सो दुख कैसा पावे सो दुख कैसा सतगुरु का दिलासा सतगुरु
ਦਿਲਾਸਾ ਸਤਿਗੁਰ ਕਾ ਦਿਲਾਸਾ ਸਤਿਗੁਰ ਕਾ ਦਿਲਾਸਾ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਸ੍ਰੀ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਬੋਲ ਨਾ ਜਾਣੇ ਮਾਇਆ ਮਦ ਮਾਤਾ ਵਰਨਾ ਚੀਤ ਨਾਵੇ ਮਰਨਾ ਚੀਤ ਨਾਵੇ ਮਰਨਾ ਚੀਤ ਨਾਵੇ ਮਰਨਾ ਚੀਤ ਨਾਵੇ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਨਾਮ ਤੇ ਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧ ਹੈ ਆਠ ਪਹਿਰ ਆਰਾਧ ਤੇਰੀ ਸ਼ਰਨ ਤੇਰੇ ਪਰਵਾਸ ਤੇਰੀ ਸ਼ਰਨ ਤੇਰੇ ਪਰਵਾਸ ਹੈ ਪੰਚ ਦੁਸ਼ਟ ਲੈ ਸਾਧ ਹੈ ਪੰਚ ਦੁਸ਼ਟ ਲੈ ਸਾਧ ਹੈ ਪੰਚ ਦੁਸ਼ਟ ਲੈ ਸਾਧ ਹੈ ਪੰਚ ਦੁਸ਼ਟ ਲੈ ਪੰਚ ਦੋਸਤ ਲੈ ਸਾਧ ਪੰਚ ਦੋਸਤ ਲੈ ਸਾਧ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਸੋ ਦੁੱਖ ਕੈਸਾ ਪਾਵੇ ਜਿਸ ਕੇ ਸਿਰ ਉੱਪਰ ਤੂੰ ਸੁਆਮੀ
ਡੱਬੇ ਨੂੰ ਅੱਗ ਨਾ ਸਾੜੇ ਨਾ ਜਲ ਡੱਬੇ ਸਾਗਰ ਦੇ ਵਿੱਚ ਘਿਰਦੇ ਨੂੰ ਅੱਗ ਨਾ ਸਾੜੇ ਨਾ ਜਲ ਡੱਬੇ ਸਾਗਰ ਦੇ ਵਿੱਚ ਤਿਰਦੇ ਨੂੰ ਜਲ ਦੇ ਵਿੱਚ ਰੱਖ ਗੋਵਿੰਦ ਅੱਖ ਲਿਖਾਇਆ ਸੰਤਾਂ ਨੇ ਪੈਣ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀਆਂ ਅਤੇ ਆਰਤੀ ਵੀ ਕੀਤੀ ਗਈ ਜਿਸ ਵਿੱਚ ਸਾਰੀਆਂ ਸੰਗਤਾਂ ਨੇ ਹਾਜ਼ਰੀ ਲਗਵਾਈ। ਅਖੀਰ ਸਾਡੇ ਰਿਪੋਰਟਰ ਗੌਰਵ ਕਸ਼ੇਪਰ ਨਾਲ ਗੱਲਬਾਤ ਕਰਦਿਆਂ ਮਹੰਤ ਜਗਦੇਵ ਮੁੰਡੀ ਜੀ ਕੁੰਬੜਵਾਲ, ਮਹੰਤ ਗੰਗਾ ਰਾਮ ਜੀ ਕੋਠਾ ਗੁਰੂ ਅਤੇ ਅਸਥਾਨ ਦੇ ਮੌਜੂਦਾ ਗੱਦੀ ਨਸ਼ੀਨ ਸ਼੍ਰੀ ਮਾਨ ਮਹੰਤ ਬਲਕਦਾਸ ਜੀ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਆਏ ਮਹਾਂਪੁਰਸ਼ਾਂ ਦਾ, ਸੰਗਤਾਂ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ ਗਿਆ।
पल जप तेरा नाम, तू ही पिता है तू ही माँ, हर पल जप तेरा नाम, तू ही पिता है तू ही माँ। पढ़िए सवेरे बाणी जप साग दी, सुन दिए तुन तेरे हीरा बाब दी। पढ़िए सवेरे बाणी जप साग दी, सुन दिए तुन तेरे हीरा बाब दी। पढ़िए सवेरे बाणी जप साग दी, सुन दिए तुन तेरे हीरा बाब दी। पढ़िए सवेरे बाणी जप साग दी, सुन दिए तुन तेरे हीरा बाब दी। अमृत बोलिए जगत गुरु श्री चंद्र भगवान की, परम पूजनीय सिद्ध बाबा ओम प्रकाश दास महाराज की, आपो अपने गुरुदेव भगवान की। अज उदासीन संप्रदाय दे इस महान पावन पवित्र स्थान डेरा बाबा गुद्दड़ शाह जी भीखी विखे परम पूजनीक महान तपस्वी राजे योगी ब्रह्मनेष्टी महापुरख तन तन संत बाबा ओम प्रकाश दास जी महाराज की सालाना वर्षी और साढ़े ध्यान दास जी महाराज ब्रह्मलीन महंत जी उन्हां दी सालाना वर्षी नूं मुख रखदे होए ਅਤੇ ਸਾਡੇ ਪਰਮ ਪੂਜਨੀਕ ਸੰਤ ਵਿਸ਼ਨੂੰ ਦਾਸ ਜੀ ਉਹਨਾਂ ਦੀ ਜਲ ਧਾਰਾ ਤਪੱਸਿਆ ਨੂੰ ਮੁੱਖ ਰੱਖਦੇ ਹੋਏ ਮਹਾਨ ਸੰਤ ਸਮਾਗਮ ਭੰਡਾਰਾ ਬਹੁਤ ਹੀ ਸਤਿਕਾਰਯੋਗ ਪੂਜਨੀਕ ਉਦਾਸੀਨ ਭੇਖ ਦੇ ਮਹਾਨ ਸ਼ਖਸੀਅਤ ਪਰਮ ਪੂਜਨੀਕ ਮਹੰਤ ਬਾਬਾ ਬਾਲਕ ਦਾਸ ਜੀਆਂ ਦੇ ਆਸ਼ੀਰਵਾਦ ਇਹਨਾਂ ਦੀ ਰਹਿਨੁਮਾਈ ਦੇ ਵਿੱਚ ਅੱਜ ਮਹਾਨ ਸੰਤ ਸਮਾਗਮ ਹੋਇਆ ਜਿਸ ਦੇ ਵਿੱਚ ਅਨੇਕਾਂ ਮਹਾਂਪੁਰਸ਼ ਤਪਸ਼ਵੀ ਨਿਰਵਾਣ ਸਰੂਪ ਸਾਧੂਆਂ ਨੇ ਪਹੁੰਚ ਕੇ ਦਰਸ਼ਨ ਦਿਦਾਰੇ ਬਖਸ਼ੇ। ਬਿਆੰਤ ਸੰਗਤਾਂ ਨੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਕੇ ਮਹਾਂਪੁਰਸ਼ਾਂ ਦੇ ਵਚਨ ਪ੍ਰਵਚਨ ਸਰਵਣ ਕਰਕੇ ਆਪਣੇ ਜਨਮ ਸਫਲੇ ਬਣਾਏ ਨੇ।
ਔਰ ਸਾਰੇ ਹੀ ਜਿੰਨੇ ਸੇਵਾਦਾਰ ਇਸ ਮਹਾਨ ਕੁੰਭ ਦੇ ਵਿੱਚ ਸੇਵਾ ਕਰ ਰਹੇ ਨੇ, ਤਪੱਸਿਆ ਚੱਲ ਰਹੀ ਸੀ ਉਸ ਦਿਨ ਤੋਂ ਸੇਵਾ ਕਰ ਰਹੇ ਸੀ, ਸਾਰੇ ਸੇਵਾਦਾਰਾਂ ਦਾ, ਆਏ ਮਹਾਂਪੁਰਸ਼ਾਂ ਦਾ ਕਰੋੜਾਂ ਵਾਰ ਰੋਮ ਰੋਮ ਵਿੱਚੋਂ ਧੰਨਵਾਦ ਚਰਨਾਂ 'ਤੇ ਮੱਥਾ ਟੇਕਦਿਆਂ ਭੇਖ ਭਗਵਾਨ ਜੀ ਦੇ ਕਿ ਆਪ ਨੇ ਇਸ ਸਮੇਂ 'ਤੇ ਪਹੁੰਚ ਕੇ ਦਰਸ਼ਨ ਦੀਦਾਰ ਬਖਸ਼ੇ। ਮਹਾਰਾਜ ਸ਼੍ਰੀ ਬਾਬਾ ਬਾਲਕ ਦਾਸ ਜੀ ਵੱਲੋਂ, ਅਸੀਂ ਆਪਣੇ ਵੱਲੋਂ ਸਾਰੇ ਮਹਾਂਪੁਰਸ਼ਾਂ ਨੂੰ ਜੀ ਆਇਆਂ ਕਹਿੰਦੇ ਹਾਂ ਔਰ ਸਾਰੇ ਸੇਵਾਦਾਰਾਂ ਦਾ ਧੰਨਵਾਦ। ਪਰਮ ਪੂਜਨੀਕ ਸਿੱਧ ਬਾਬਾ ਓਮ ਪ੍ਰਕਾਸ਼ ਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਾਰਿਆਂ ਦੀਆਂ ਮਨੋਭਾਵਨਾ ਕਾਮਨਾ ਮਨੋਰਥ ਪੂਰੇ ਕਰਨ। ਜੋ ਵੀ ਮਨੋਭਾਵਨਾ ਲੈ ਕੇ ਜੋ ਵੀ ਮਾਈ ਭਾਈ ਚੱਲਿਆ, ਸਭ ਦਾ ਕਦਮ ਕਦਮ ਲੇਖੇ ਵਿੱਚ ਲਾਉਣ। ਬੋਲੀਏ ਜਗਤ ਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ। ਬੋਲ ਜਗਤ ਗੁਰੂ ਸ਼੍ਰੀ ਚੰਦਰ ਭਗਵਾਨ ਕੀ, ਗੁਰੂ ਮਹਾਰਾਜ ਕੀ, ਮਾਤਾ ਪਿਤਾ ਕੀ, ਪੇਖ ਭਗਵਾਨ ਕੀ ਜੈ। ਅੱਜ ਅਸੀਂ ਪਿੰਡ ਭਿੱਖੀ ਵਿਖੇ ਬਹੁਤ ਹੀ ਪਵਿੱਤਰ ਸਥਾਨ ਮਹਾਂਪੁਰਸ਼ਾਂ ਦਾ, ਸਵਾਮੀ ਓਮ ਪ੍ਰਕਾਸ਼ ਜੀ, ਬਾਬਾ ਗੁਦਰ ਸ਼ਾਹ ਜੀ, ਸਾਰੇ ਮਹਾਂਪੁਰਸ਼ਾਂ ਦੀ ਸਾਲਾਨਾ ਬਰਸੀ ਦੇ ਮੌਕੇ ਖੱਟ ਦਰਸ਼ਨ ਭੇਖ ਭਗਵਾਨ ਇਕੱਤਰ ਹੋਏ ਹਾਂ। ਅਤੇ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਸ੍ਰੀ 108 ਸਵਾਮੀ ਮਹਾਰਾਜ ਬਾਲਕ ਦਾਸ ਜੀ, ਉਹਨਾਂ ਦੇ ਸ਼ਿਸ਼ ਜਲਧਾਰਾ ਕਰ ਰਹੇ ਹਨ, ਜਲਧਾਰੇ ਦੇ ਭੋਗ ਪਏ ਹਨ। ਸੰਤ ਮਹਾਤਮਾ ਖੜ ਦਰਸ਼ਨ ਭੇਖ ਭਗਵਾਨ ਇਸ ਪਵਿੱਤਰ ਸਥਾਨ 'ਤੇ ਪਹੁੰਚੇ ਅਤੇ ਸਭ ਨੂੰ ਜਥਾ ਯੋਗ ਇਸ ਸਥਾਨ 'ਤੇ ਪਹੁੰਚ ਕੇ ਮਹਾਂਪੁਰਸ਼ਾਂ ਤੋਂ ਆਸ਼ੀਰਵਾਦ ਲਏ ਗਏ ਹਨ। ਅਤੇ ਜਿੰਨੀਆਂ ਸੰਗਤਾਂ ਇਸ ਪਵਿੱਤਰ ਸਥਾਨ 'ਤੇ ਪਹੁੰਚੀਆਂ ਹਨ, ਜੈਸੀ ਮਨ ਦੀ ਭਾਵਨਾ ਕਰਕੇ ਪਹੁੰਚੀਆਂ ਹਨ, ਭਗਵਾਨ ਕਿਰਪਾ ਕਰਨ, ਸਭ ਦੀਆਂ ਮਨੋਭਾਵਨਾ ਪੂਰਨ ਦੁੱਖਾਂ ਕਲੇਸ਼ਾਂ ਦੇ ਨਾਸ਼, ਪਰਿਵਾਰ ਸੁੱਖ ਸ਼ਾਂਤੀ। ਜੋ ਸਵਾਮੀ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਬਾਲਕ ਦਾਸ ਜੀ, ਉਹਨਾਂ ਨੇ ਆਪਣੇ ਸ਼ਿਸ਼ ਤੋਂ ਜਲ ਧਾਰਾ ਕਰਵਾਇਆ ਹੈ, ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹਨ। ਜੋ ਗੁਰੂ ਲੋਕਾਂ ਦਾ ਸਿਰ 'ਤੇ ਹੱਥ ਹੋਵੇ, ਗੁਰੂ ਲੋਕਾਂ ਦੀ ਕਿਰਪਾ ਹੋਵੇ, ਅਤੇ ਉਹ ਐਸੇ ਸਿਸ਼ ਉਹ ਐਸੇ ਚੇਲੇ ਸਤਿਕਰਮ ਕਰਨ, ਉਹ ਪਰਿਪੂਰਨ ਹੁੰਦੇ ਹਨ। ਸਵਾਮੀ ਮਹਾਰਾਜ ਜੀ ਵਧਾਈ ਦੇ ਪਾਤਰ ਹੈ, ਸਾਰੀਆਂ ਸੰਗਤਾਂ ਨੂੰ ਅਸੀਂ ਵਧਾਈ ਦਿੰਦੇ ਹਾਂ। ਭਗਵਾਨ ਕਿਰਪਾ ਕਰਨ, ਸਿੱਧ ਪੁਰਸ਼ ਕਿਰਪਾ ਕਰਨ। ਬੋਲ ਜਗਤ ਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ। ਬੀਬੇ ਅਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ, ਅਤੇ ਆਏ ਮਹਾਂਪੁਰਸ਼ਾਂ ਦੀ ਸ਼੍ਰੀਮਾਨ ਮਹੰਤ ਬਾਲਕ ਦਾਸ ਜੀ ਵੱਲੋਂ ਪੰਗਤ ਪੂਜਾ ਵੀ ਕੀਤੀ ਗਈ, ਅਤੇ ਆਏ ਮਹਾਂਪੁਰਸ਼ਾਂ ਨੂੰ ਜੀ ਆਇਆਂ ਵੀ ਆਖਿਆ ਗਿਆ। ਡੇਰਾ ਬਾਬਾ ਗੁੱਦੜ ਸ਼ਾਹ ਜੀ, ਕਸਬਾ ਭਿੱਖੀ, ਜ਼ਿਲ੍ਹਾ ਮਾਨਸਾ ਤੋਂ ਗੌਰਵਗੜ੍ਹ ਸ਼ੇਰਪੁਰ ਦੀ ਇਹ ਖਾਸ ਰਿਪੋਰਟ। ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ, ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ, ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ, ਘੜੀਆਂ ਸਤ ਸੰਗ ਦੀਆਂ
ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸੱਚ ਸੰਗ ਦੀਆਂ, ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸੱਚ ਸੰਗ ਦੀਆਂ। ਕਰਦੀਆਂ ਤੰਗ ਨੇ ਮੈਨੂੰ, ਕਰਦੀਆਂ ਤੰਗ ਨੇ ਮੈਨੂੰ, ਮਹਾਰਾਜ ਕਿਰਪਾ ਕਰੋ। ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ, ਨਾਨਕ ਸ਼ਰਨ ਤੁਹਾਰੀਆ ਵੇਖੋ ਸਦਾ ਹਜੂਰ। ਕਰਦੀਆਂ ਤੰਗ ਨੇ ਪੀੜਾ ਜ਼ਿੰਦਗੀ ਦੇ ਰੰਗ ਦੀਆਂ, ਕਰਦੀਆਂ ਤੰਗ ਨੇ ਪੀੜਾ ਜ਼ਿੰਦਗੀ ਦੇ ਰੰਗ ਦੀਆਂ, ਕਰਦੀਆਂ ਤੰਗ ਨੇ ਪੀੜਾ ਜ਼ਿੰਦਗੀ ਦੇ। ਕਰਦੀਆਂ ਤੰਗ ਨੇ ਪੀੜਾ ਜ਼ਿੰਦਗੀ ਦੇ ਰੰਗ ਦੀਆਂ, ਕਰਦੀਆਂ ਤੰਗ ਨੇ ਪੀੜਾ ਜ਼ਿੰਦਗੀ ਦੇ ਰੰਗ ਦੀਆਂ। ਕਰਮਾਂ ਵਿੱਚ ਲਿਖ ਦਿਓ ਮੇਰੇ ਘੜੀਆਂ ਸੱਤ ਸੰਗ ਦੀਆਂ, ਕਰਮਾਂ ਵਿੱਚ ਲਿਖ ਦਿਓ ਮੇਰੇ ਘੜੀਆਂ ਸੱਤ ਸੰਗ ਦੀਆਂ, ਕਰਮਾਂ ਵਿੱਚ ਲਿਖ ਦਿਓ ਮੇਰੇ ਘੜੀਆਂ ਸੱਤ। ਮਹਿਮਾ ਤੇਰੇ ਦਰ ਦੀ ਦਾਤਾ ਤੋਂ ਵੇ ਮੈਂ ਵੇਖੇ ਸਾਰੇ, ਮਹਿ
ਸਹਾਰੇ ਬਖਸ਼ੋ ਫੁੱਲਾਂ ਜੋ ਮੇਰੀਆਂ ਮੈਨੂੰ ਨੇ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਸਤ ਸੰਗ ਦੀਆਂ ਸਤ ਸੰਗ ਦੀਆਂ ਘੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਕਰਦੀਆਂ ਤੰਗ ਨੇ ਮੈਨੂੰ ਕਰਦੀਆਂ ਤੰਗ ਨੇ ਮੈਨੂੰ ਮਹਾਰਾਜ ਕਿਰਪਾ ਕਰੋ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸ਼ਰਨ ਤੁਹਾਰੀਆ ਵੇਖੋ ਸਦਾ ਹਜੂਰ ਕਰਦੀਆਂ ਤੰਗ ਨੇ ਪੀੜਾਂ ਜ਼ਿੰਦਗੀ ਦੇ ਰੰਗ ਦੀਆਂ ਕਰਦੀਆਂ ਤੰਗ ਨੇ ਪੀੜਾਂ ਜ਼ਿੰਦਗੀ ਦੇ ਰੰਗ ਦੀਆਂ ਕਰਦੀਆਂ ਤੰਗ ਨੇ ਪੀੜਾਂ ਜ਼ਿੰਦਗੀ ਦੇ ਪੀੜਾ ਜ਼ਿੰਦਗੀ ਦੇ ਰੰਗ ਦੀਆਂ
ਜ਼ਿੰਦਗੀ ਦੇ ਰੰਗ ਦੀਆਂ ਕਰਦੀਆਂ ਤੰਗ ਨੇ ਪੀੜਾ ਜ਼ਿੰਦਗੀ ਦੇ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੀ ਕਵਰੇਜ ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ। ਮੋਬਾਈਲ 94170 36301 ਅਤੇ 98141 36301।